ਸਾਹਿਬ ਜੀ ਦੇ ਨਿਰਦੇਸ਼ਾਂ ਜਿਹੜੀ ਹੈਗੀ ਆ, ਸਪੈਸ਼ਲ ਡਰਾਈਵ ਜਿਹੜੀ ਹੈਗੀ ਆ, ਪੂਰੇ ਜਲੰਧਰ ਸ਼ਹਿਰ ਦੇ ਵਿੱਚ ਹੈ, ਚੱਲੀ ਜਾ ਰਹੀ ਹੈ, ਜਿੱਥੇ ਕਿ ਸਾਰੇ ਹਲਕਾ ਜੀਓ ਹਲਕਾ ਜਿਹੜੇ ਪੰਜਾਬ 'ਚੋਂ ਤੋਂ ਰਿਸ਼ਵਤਖੋਰੀ ਤੇ ਗੈਰ ਕਾਨੂੰਨੀ ਕੰਮਾਂ ਤੇ ਠੱਲ ਪਈ ਹੈ। ਜਦੋਂ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਦਾ ਟੀਚਾ ਫੜਿਆ, ਇਸ ਲਈ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਦਾ ਵਟਸਐਪ ਨੰਬਰ ਜਾਰੀ ਕਰਕੇ ਹੋ ਰਹੇ ਅਪਰਾਧਾਂ ਤੇ ਰੋਕ ਲਗਾਈ, ਜਿਸ ਰਾਹੀਂ ਲੋਕਾਂ ਨੂੰ ਬਹੁਤ ਜ਼ਿਆਦਾ ਮਦਦ ਮਿਲੀ। ਹੁਣ ਤੱਕ ਐਕਸ਼ਨ ਲਾਈਨ ਉੱਪਰ ਕੁੱਲ 12,307 ਸ਼ਿਕਾਇਤਾਂ ਆਡੀਓ ਵੀਡੀਓ ਰਿਕਾਰਡਿੰਗ ਸਮੇਤ ਪ੍ਰਾਪਤ ਹੋਈਆਂ, ਜਿਨ੍ਹਾਂ ਦਾ ਪੰਜਾਬ ਸਰਕਾਰ ਵੱਲੋਂ ਸਮੇਂ ਤੇ ਹੀ ਨਿਪਟਾਰਾ ਕੀਤਾ ਗਿਆ। ਜੇਕਰ ਕੁੱਲ ਅੰਕੜਿਆਂ ਦੀ ਗੱਲ ਕਰੀਏ ਤਾਂ ਹੁਣ ਤੱਕ 567 ਮੁਕੱਦਮੇ ਦਰਜ ਕੀਤੇ ਗਏ ਅਤੇ ਕੁੱਲ 663 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ। ਪੰਜਾਬ ਦੇ ਵਿੱਚ ਸਰਕਾਰੀ ਨੌਕਰੀ ਲਈ ਕੋਈ ਰਿਸ਼ਵਤ ਨਹੀਂ ਚੱਲਦੀ। ਜੇ ਤੁਹਾਨੂੰ ਕੋਈ ਸਰਕਾਰੀ ਨੌਕਰੀ ਦਿਵਾਉਣ ਬਦਲੇ ਤੁਹਾਡੇ ਤੋਂ ਪੈਸੇ ਮੰਗਦਾ ਹੈ ਜਾਂ ਕੋਈ ਹੋਰ ਗਿਫਟ ਮੰਗਦਾ ਜਾਂ ਕਿਸੇ ਕਿਸਮ ਦਾ ਵੀ ਕੋਈ ਤੁਹਾਡੇ ਤੋਂ ਕਿਸੇ ਵੀ ਕਿਸਮ ਦਾ ਕੋਈ ਤੁਹਾਡੇ ਤੋਂ ਹੈਲਪ ਮੰਗਦਾ ਜਾਂ ਆਪਣਾ ਕੋਈ ਪ੍ਰੋਫਿਟ ਮੰਗਦਾ, ਤਾਂ ਕਿਰਪਾ ਕਰਕੇ ਇਹੋ ਜਿਹੇ ਝਾਂਸਿਆਂ 'ਚ ਨਾ ਆਇਓ, ਕਿਉਂਕਿ ਪੰਜਾਬ ਨੂੰ ਅਸੀਂ ਭ੍ਰਿਸ਼ਟਾਚਾਰ ਮੁਕਤ ਪੰਜਾਬ ਦੇ ਬਣਾਉਣਾ ਔਰ ਲੱਗੇ ਹੋਏ ਹਾਂ, ਦਿਨ ਰਾਤ ਲੱਗੇ ਹੋਏ ਹਾਂ। ਜੇ ਤੁਸੀਂ ਦੱਸੋਗੇ ਤਾਂ ਅਸੀਂ ਅੱਗੇ ਕਾਰਵਾਈ ਕਰਾਂਗੇ। ਜੇ ਆ ਹੈਲਪ ਸੈਂਟਰ 'ਤੇ ਸਾਨੂੰ ਕੋਈ ਫੋਨ ਨਾ ਆਉਂਦਾ, ਸ਼ਾਇਦ ਸਾਨੂੰ ਵੀ ਹਜੇ ਟਾਈਮ ਲੱਗ ਜਾਂਦਾ ਉਹਨਾਂ ਨੂੰ ਫੜਨ ਨੂੰ। ਜ਼ਰੂਰ ਦੱਸੋ, ਤੁਹਾਡਾ ਨਾਮ ਵੀ ਗੁਪਤ ਰੱਖਿਆ ਜਾਊਗਾ, ਕਿਸੇ ਨੂੰ ਨਹੀਂ ਦੱਸਿਆ ਜਾਊਗਾ। ਨਾਕੇਬੰਦੀ ਔਰ ਚੈਕਿੰਗ ਜਿਹੜੀ ਹੈ ਆ ਕੀਤੀ ਹੈਗੀ, ਆਹ ਜਿਹੜੀ ਡਰਾਈਵ ਹੈ ਲੇਟ ਨਾਈਟ ਚੈਕਿੰਗ ਜਿਹੜੀ ਜਾਰੀ ਰਹਿਣਗੀ। ਜਿਹੜੇ ਵੀ ਇਹਦਾ ਜਿਹੜਾ ਮੇਨ ਪਰਪਸ ਹੈਗਾ ਉਹ ਪ੍ਰੋਪਰ ਟ੍ਰੈਫਿਕ ਜਿਹੜੀ ਵਿਵਸਥਾ ਨੂੰ ਇੰਪਲੀਮੈਂਟ ਕਰਨ ਔਰ ਕ੍ਰਾਈਮ ਨੂੰ ਕੰਟਰੋਲ ਕਰਨ ਵਾਸਤੇ ਔਰ ਦੇ ਵਿੱਚ ਜਿਹੜਾ ਹੈਗਾ ਇਹਦਾ ਪਰਪਸ ਹੈਗਾ। ਸਰ ਕੋਈ ਕਾਰਵਾਈ ਵੀ ਕੀਤੀ ਗਈ ਇਹਦੇ ਇਸ ਜਿਹੜੀ ਕੰਪੇਨ ਦੇ ਅੰਤਰਗਤ? ਸਾਡੇ ਇਸ ਪੀ ਟ੍ਰੈਫਿਕ ਸਾਹਿਬ ਵੱਲੋਂ ਇਹਨਾਂ ਦੀ ਟੀਮ ਵੱਲੋਂ ਵੱਖ ਵੱਖ ਜਿਹੜੇ ਹੈਗੇ ਐਕਸ਼ਨ ਲਿੱਤੇ ਗਏ ਹੈਗੇ, ਜਿਹੜੇ 'ਚ ਵਹੀਕਲ ਵੀ ਇੰਪਾਊਂਡ ਕੀਤੇ ਗਏ ਨੇ। ਇਸ ਤੋਂ ਇਲਾਵਾ ਜਿਹੜੀ ਬੁਲੈਟਸ ਦੇ ਖਿਲਾਫ਼ ਐਕਸ਼ਨ ਹੈਗਾ, ਉਹ ਡਰਿੰਕ ਐਂਡ ਡਰਾਈਵ ਦੇ ਖਿਲਾਫ਼ ਜਿਹੜਾ ਐਕਸ਼ਨ ਹੈਗਾ ਉਹ ਵੀ ਲਿਆ ਗਿਆ। ਅਤੇ ਕਿਹੜੀ ਕਿਹੜੀ ਜਗ੍ਹਾ 'ਤੇ ਜਿਹੜੇ ਨਾਕੇ ਲੱਗੇ? ਦੇਖੋ, ਨਾਕੇ ਪੂਰੇ ਸ਼ਹਿਰ 'ਚ ਜਿਹੜੇ ਲੱਗੇ ਹੋਏ, ਤੁਸੀਂ ਦੇਖ ਸਕਦੇ ਹੋ ਕਿ ਮਾਡਲ ਟਾਊਨ ਦੇ ਵਿੱਚ ਮੈਂ ਖੁਦ ਨਾਲੇ ਏ ਸੀ ਪੀ ਟ੍ਰੈਫਿਕ ਸਾਹਿਬ ਮੌਜੂਦ ਹੈਗੇ। ਇਸ ਤੋਂ ਇਲਾਵਾ ਪੀ ਪੀ ਆਰ ਮੋਲ, ਅਪਰ ਸਟੇਟ ਪਲੇਸ ਟੂ, ਬੀ ਐਮ ਸੀ ਚੌਂਕ, ਹਰ ਜਗ੍ਹਾ ਜਿਹੜਾ ਹੈਗਾ, ਜਿਹੜੇ ਜਿਹੜੇ ਸ਼ਹਿਰ ਦੇ ਮੇਨ ਚੌਂਕ ਚੌਂਕ ਹੈਗੇ, ਸਟ੍ਰੈਟੇਜਿਕ ਏਰੀਆ ਹੈਗੇ, ਉੱਥੇ ਅਸੀਂ ਨਾਕੇ ਦੇ ਰਹੇ ਹਾਂ। ਇਹਦੇ 'ਚ ਅਸੀਂ ਜਲੰਧਰ ਪੁਲਿਸ ਇਸ ਸੰਬੰਧ ਦੇ ਪਹਿਲਾਂ ਵੀ ਇਸ ਸੰਬੰਧ 'ਚ ਐਕਸ਼ਨ ਕਰਦੀ ਆਈ ਹੈਗੀ ਔਰ ਅਸੀਂ ਅੱਗੇ ਵੀ ਅਸੀਂ ਇਸ ਸੰਬੰਧ ਦੇ ਵਿੱਚ ਬੜੇ ਕਲੀਅਰ ਹੈਗੇ ਕਿ ਜਿਹੜਾ ਵੀ ਐਂਟੀ ਸੋਸ਼ਲ ਐਲੀਮੈਂਟ ਹੈ, ਜਿਹੜਾ ਵੀ ਕ੍ਰਿਮੀਨਲ ਐਕਟੀਵਿਟੀ 'ਚ ਇਨਵੋਲਵ ਹੈਗਾ, ਅਗਰ ਉਹ ਇਸ ਸੰਬੰਧ ਦੇ ਵਿੱਚ ਕੋਈ ਕਾਰਵਾਈ ਕਰਦਾ ਹੈਗਾ ਤਾਂ ਅਗਰ ਉਹ ਫੜਿਆ ਜਾਂਦਾ ਤਾਂ ਉਹਦੇ 'ਚ ਸਖ਼ਤ ਲੀਗਲ ਕਾਰਵਾਈ ਹੈ, ਉਹ ਮਨ ਵਿੱਚ ਲੈ ਜਾਏ। ਇਸ ਤੋਂ ਇਲਾਵਾ ਜਿਹੜੇ ਵਹੀਕਲ ਮੋਡੀਫਿਕੇਸ਼ਨ ਹੈਗੇ ਉਹਨਾਂ ਤੋਂ ਜਿਹੜੀ ਹੈ ਬਚਣ ਔਰ ਅਗਰ ਪੁਲਿਸ ਨਾਲ ਕੋਈ ਵੀ ਸਹਾਇਤਾ ਦੀ ਜਿਹੜੀ ਲੋੜ ਹੈਗੀ ਤਾਂ ਉਹ 112 ਦੇ ਤੁਸੀਂ ਕੰਟੈਕਟ ਕਰ ਸਕਦੇ। ਅਸੀਂ ਆਲਵੇਜ਼ ਜਿਹੜੇ ਹੈਗੇ ਪਬਲਿਕ ਦੇ ਨਾਲ ਜਿਹੜੇ ਹੈਗੇ ਖੜੇ ਹੈਗੇ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।